ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੌਇਬ ਮਲਿਕ ਨੇ ਤੀਜਾ ਵਿਆਹ ਕਰਵਾ ਲਿਆ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਨੇ ਆਪਣੇ ਵਿਆਹ ਵਾਲੀ ਤਸਵੀਰ ਨੂੰ ਸ਼ੇਅਰ ਕੀਤਾ ਜਿਸ 'ਚ ਉਹਨਾਂ ਦੀ ਤੀਸਰੀ ਪਤਨੀ ਨਜ਼ਰ ਆ ਰਹੀ ਹੈ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ੌਇਬ ਮਲਿਕ ਨੇ 2010 'ਚ ਭਾਰਤ ਦੀ ਸਾਨੀਆ ਮਿਰਜ਼ਾ ਟੈਨਿਸ ਦੀ 스타 ਖਿਡਾਰੀ ਨਾਲ ਦੂਜਾ ਵਿਆਹ ਕਰਵਾਇਆ ਸੀ ਹੁਣ ਸ਼ੌਅ ਮਲਿਕ ਨੇ 28 ਸਾਲਾਂ ਸਨਾ ਜਾਵੈਦ ਨਾਲ ਤੀਸਰਾ ਵਿਆਹ ਕਰਵਾਇਆ ਹੈ ਸਨਾ ਜਾਵੈਦ ਪਾਕਿਸਤਾਨ ਦੇ ਕਈ ਟੀਵੀ ਸ਼ੋਅ ਚ ਕੰਮ ਕਰ ਚੁੱਕੀ ਹੈ ਤੇ ਕਈ 뮤직 ਵੀਡੀਓ ਚ ਵੀ ਨਜ਼ਰ ਆਈ ਹੈ ਸਨਾ ਵੀ ਪਹਿਲਾਂ ਤੋਂ ਹੀ ਤਲਾਕशुदा ਹੈ ਸਨਾ ਨੇ 2020 ਚ ਪਹਿਲਾਂ ਉਮੇਰ ਜੈਸਵਾਲ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਕੁਝ ਵੀ ਠੀਕ ਨਾ ਰਿਹਾ ਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਸੀ ਸ਼ੌਇਮ ਮਲਿਕ ਦੀ ਪਹਿਲੀ ਪਤਨੀ ਆਇਸ਼ਾ ਸਿੱਦਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ 2010 ਚ ਭਾਰਤੀ ਟੈਨਿਸ ਦੀ ਸਟਾਰ ਖਿਡਾਰੀ ਸਾਨਿਆ ਮਿਰਜ਼ਾ ਨਾਲ ਵਿਆਹ ਕਰਵਾ ਲਿਆ ਸੀ ਬੁੱਧਵਾਰ ਨੂੰ ਸਾਨਿਆ ਮਿਰਜ਼ਾ ਨੇ ਇੱਕ ਸੰਸਨੀਖੇਜ ਪੋਸਟ ਸ਼ੇਅਰ ਕੀਤੀ ਜਿਸ ਤੋਂ ਬਾਅਦ ਇਹ ਅਟਕਲਾ ਤੇਜ਼ ਹੋ ਗਈਆਂ ਸਨ ਕਿ ਸ਼ੌਇਮ ਮਲਿਕ ਤੇ ਸਾਨਿਆ ਮਿਰਜ਼ਾ ਵਿਚਕਾਰ ਕੁਝ ਵੀ ਸਹੀ ਨਹੀਂ ਚੱਲ ਰਿਹਾ ਜਿਸ ਤੋਂ ਬਾਅਦ ਹੁਣ ਤਲਾਕ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੇ ਸ਼ੌਇਮ ਮਲਿਕ ਨੇ ਆਪਣਾ ਤੀਸਰਾ ਵਿਆਹ ਕਰਵਾ ਲਿਆ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੌਇਬ ਮਲਿਕ ਨੇ ਤੀਜਾ ਵਿਆਹ ਕਰਵਾ ਲਿਆ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਨੇ ਆਪਣੇ ਵਿਆਹ ਵਾਲੀ ਤਸਵੀਰ ਨੂੰ ਸ਼ੇਅਰ ਕੀਤਾ ਜਿਸ 'ਚ ਉਹਨਾਂ ਦੀ ਤੀਸਰੀ ਪਤਨੀ ਨਜ਼ਰ ਆ ਰਹੀ ਹੈ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ੌਇਬ ਮਲਿਕ ਨੇ 2010 'ਚ ਭਾਰਤ ਦੀ ਸਾਨੀਆ ਮਿਰਜ਼ਾ ਟੈਨਿਸ ਦੀ ਸਟਾਰ ਖਿਡਾਰੀ ਨਾਲ ਦੂਜਾ ਵਿਆਹ ਕਰਵਾਇਆ ਸੀ ਹੁਣ ਸ਼ੌਇਬ ਮਲਿਕ ਨੇ 28 ਸਾਲਾਂ ਸਨਾ ਜਾਵੈਦ ਨਾਲ ਤੀਸਰਾ ਵਿਆਹ ਕਰਵਾਇਆ ਹੈ ਸਨਾ ਜਾਵੈਦ ਪਾਕਿਸਤਾਨ ਦੇ ਕਈ ਟੀਵੀ ਸ਼ੋਅ ਚ ਕੰਮ ਕਰ ਚੁੱਕੀ ਹੈ ਤੇ ਕਈ 뮤직 ਵੀਡੀਓ ਚ ਵੀ ਨਜ਼ਰ ਆਈ ਹੈ ਸਨਾ ਵੀ ਪਹਿਲਾਂ ਤੋਂ ਹੀ ਤਲਾਕशुदा ਹੈ ਸਨਾ ਨੇ 2020 ਚ ਪਹਿਲਾਂ ਉਮੇਰ ਜੈਸਵਾਲ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਕੁਝ ਵੀ ਠੀਕ ਨਾ ਰਿਹਾ ਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਸੀ ਸ਼ੌਇਬ ਮਲਿਕ ਦੀ ਪਹਿਲੀ ਪਤਨੀ ਆਇਸ਼ਾ ਸਿੱਦਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ 2010 ਚ ਭਾਰਤੀ ਟੈਨਿਸ ਦੀ ਸਟਾਰ ਖਿਡਾਰੀ ਸਾਨਿਆ ਮਿਰਜ਼ਾ ਨਾਲ ਵਿਆਹ ਕਰਵਾ ਲਿਆ ਸੀ ਬੁੱਧਵਾਰ ਨੂੰ ਸਾਨਿਆ ਮਿਰਜ਼ਾ ਨੇ ਇੱਕ ਸੰਸਨੀਖੇਜ ਪੋਸਟ ਸ਼ੇਅਰ ਕੀਤੀ ਜਿਸ ਤੋਂ ਬਾਅਦ ਇਹ ਅਟਕਲਾ ਤੇਜ਼ ਹੋ ਗਈਆਂ ਸਨ ਕਿ ਸ਼ੌਏ ਮਲਿਕ ਤੇ ਸਾਨਿਆ ਮਿਰਜ਼ਾ ਵਿਚਕਾਰ ਕੁਝ ਵੀ ਸਹੀ ਨਹੀਂ ਚੱਲ ਰਿਹਾ ਜਿਸ ਤੋਂ ਬਾਅਦ ਹੁਣ ਤਲਾਕ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੇ ਸ਼ੌਏ ਮਲਿਕ ਨੇ ਆਪਣਾ ਤੀਜਾ ਵਿਆਹ ਕਰਵਾ ਲਿਆ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੌਇਬ ਮਲਿਕ ਨੇ ਤੀਜਾ ਵਿਆਹ ਕਰਵਾ ਲਿਆ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਨੇ ਆਪਣੇ ਵਿਆਹ ਵਾਲੀ ਤਸਵੀਰ ਨੂੰ ਸ਼ੇਅਰ ਕੀਤਾ ਜਿਸ 'ਚ ਉਹਨਾਂ ਦੀ ਤੀਸਰੀ ਪਤਨੀ ਨਜ਼ਰ ਆ ਰਹੀ ਹੈ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ੌਇਬ ਮਲਿਕ ਨੇ 2010 'ਚ ਭਾਰਤ ਦੀ ਸਾਨੀਆ ਮਿਰਜ਼ਾ ਟੈਨਿਸ ਦੀ ਸਟਾਰ ਖਿਡਾਰੀ ਨਾਲ ਦੂਜਾ ਵਿਆਹ ਕਰਵਾਇਆ ਸੀ ਹੁਣ ਸ਼ੌਇਬ ਮਲਿਕ ਨੇ 28 ਸਾਲਾਂ ਸਨਾ ਜਾਵੈਦ ਨਾਲ ਤੀਸਰਾ ਵਿਆਹ ਕਰਵਾਇਆ ਹੈ ਸਨਾ ਜਾਵੈਦ ਪਾਕਿਸਤਾਨ ਦੇ ਕਈ ਟੀਵੀ ਸ਼ੋਅ ਚ ਕੰਮ ਕਰ ਚੁੱਕੀ ਹੈ ਤੇ ਕਈ 뮤직 ਵੀਡੀਓ ਚ ਵੀ ਨਜ਼ਰ ਆਈ ਹੈ ਸਨਾ ਵੀ ਪਹਿਲਾਂ ਤੋਂ ਹੀ ਤਲਾਕशुदा ਹੈ ਸਨਾ ਨੇ 2020 ਚ ਪਹਿਲਾਂ ਉਮੇਰ ਜੈਸਵਾਲ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਕੁਝ ਵੀ ਠੀਕ ਨਾ ਰਿਹਾ ਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਸੀ ਸ਼ੌਇਬ ਮਲਿਕ ਦੀ ਪਹਿਲੀ ਪਤਨੀ ਆਇਸ਼ਾ ਸਿੱਦਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ 2010 ਚ ਭਾਰਤੀ ਟੈਨਿਸ ਦੀ 스타 ਖਿਡਾਰਨ ਸਾਨਿਆ ਮਿਰਜ਼ਾ ਨਾਲ ਵਿਆਹ ਕਰਵਾ ਲਿਆ ਸੀ ਬੁੱਧਵਾਰ ਨੂੰ ਸਾਨਿਆ ਮਿਰਜ਼ਾ ਨੇ ਇੱਕ ਸੰਸਨੀਖੇਜ ਪੋਸਟ ਸ਼ੇਅਰ ਕੀਤੀ ਜਿਸ ਤੋਂ ਬਾਅਦ ਇਹ ਅਟਕਲਾ ਤੇਜ਼ ਹੋ ਗਈਆਂ ਸਨ ਕਿ ਸ਼ੌਏ ਮਲਿਕ ਤੇ ਸਾਨਿਆ ਮਿਰਜ਼ਾ ਵਿਚਕਾਰ ਕੁਝ ਵੀ ਸਹੀ ਨਹੀਂ ਚੱਲ ਰਿਹਾ ਜਿਸ ਤੋਂ ਬਾਅਦ ਹੁਣ ਤਲਾਕ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੇ ਸ਼ੌਏ ਮਲਿਕ ਨੇ ਆਪਣਾ ਤੀਸਰਾ ਵਿਆਹ ਕਰਵਾ ਲਿਆ